ਅਸਲਾਮੁਅਲੈਕਮ ਕੀ ਹਾਲ ਹੈ ਠੀਕ ਠਾਕ ਹੋ ਤੁਹਾਡਾ ਪਿੰਡੂ ਭਾਈ ਮੈਨਚੈਸਟਰ ਏਅਰਪੋਰਟ ਤੋਂ ਬੈਠਾ ਅੱਜ ਵਾਪਸੀ ਦੀ ਤਿਆਰੀ ਹੈ ਅੱਧੇ ਘੰਟੇ ਤੱਕ ਚੈੱਕ ਇਨ ਹੋ ਜਾਏਗਾ ਫਿਰ ਸਿਕਿਉਰਟੀ ਦੇ ਥਰੂ ਜਾਵਾਂਗੇ ਸਿਕਿਉਰਟੀ ਇੱਥੇ ਵੀ ਉਹਨਾਂ ਨੇ ਈਮੇਲ ਕਰਕੇ ਕਿਹਾ 3 ਘੰਟੇ 3.5 ਘੰਟੇ ਕਮ ਸੇ ਕਮ ਪਹਿਲੇ ਆਓ ਤਾਂ ਹੋਪਫੁਲੀ ਬਿਜ਼ੀ ਨਾ ਹੋਏ ਹਾਲੇ ਤਾਂ ਹਰ ਚੀਜ਼ ਕੁਆਇਟ ਲੱਗ ਰਹੀ ਹੈ ਰੱਬ ਸਾਹਿਬ ਹੈਪੀ ਬਰਥਡੇ ਅਗੇਨ ਘਰ ਵਾਲੇ ਨੂੰ ਫਿਰ ਇੱਕ ਵਾਰੀ ਸਲਾਮ ਇਨ ਸ਼ਾਅੱਲਾ 1-2 ਮਹੀਨੇ ਬਾਅਦ ਫਿਰ ਚੱਕਰ ਲੱਗ ਜਾਏਗਾ ਆਉਣੇ ਵਾਲੋ ਤਾਂ ਐਵਰੀ ਵੀਕ ਆ ਸਕਦੇ ਹਾਂ ਆਪਾਂ ਨਹੀਂ ਐਵਰੀ ਵੀਕ ਨਹੀਂ ਆ ਸਕਦੇ ਇਹ ਕੈਫੇਨੈਰੋ ਬੈਗ ਚੈੱਕ ਇਨ ਹੋ ਗਿਆ ਛੋਟਾ ਬੈਗ ਪੈਕ ਮੇਰੇ ਕੋਲ ਆ ਸਿਕਿਉਰਟੀ ਦੇ ਥਰੂ ਤਾਂ 10 ਮਿੰਟ ਨਹੀਂ ਲੱਗੇ ਭਾਈ ਟਾਈਮ ਆਉਣਾ ਕੋਈ ਵੀ ਨਹੀਂ ਲਿਆ ਪਰ ਹੁਣ ਵਿੰਡੋ ਸ਼ਾਪਿੰਗ ਕਰਦੇ ਹਾਂ ਕੀ ਕਰ ਸਕਦੇ ਹਾਂ 3-4 ਘੰਟੇ ਬਹਿੰਦੇ ਹਾਂ ਪਾਣੀ ਛਾਣੀ ਪੀਂਦੇ ਆ ਇੰਤਜ਼ਾਰ ਇਹ ਜੀ ਸਾਡਾ ਰਾਇਨਏਅਰ ਫਰੈਂਡ ਇਹ ਵੀ ਜਾ ਰਹੀ ਫਲਾਈਟ ਦੀ ਬੋਰਡਿੰਗ ਹੋ ਰਹੀ ਹੈ ਔਰ ਸਾਨੂੰ 3.5 ਘੰਟੇ ਵੇਟ ਆਪਣੇ ਵਿਊ ਇਹ ਦੇਖ ਲਓ ਗੁੱਡ ਬਾਏ ਸਾਨੂੰ ਵੀ ਲੈ ਜਾਓ ਇੰਨਾ ਇੰਤਜ਼ਾਰ ਨਹੀਂ ਹੁੰਦਾ ਇਹ ਸਾਰਾ ਬਾਹਰ ਏਰੀਆ ਔਰ ਇਤਨਾ ਬਿਜ਼ੀ ਹੈ ਕਿ ਖਲੋਣ ਦੀ ਵੀ ਜਗ੍ਹਾ ਨਹੀਂ ਹੈ ਉੱਧਰ ਅੱਗੇ KFC ਵਗੈਰਾ ਉੱਧਰ ਵੀ ਜਗ੍ਹਾ ਨਹੀਂ ਆ ਔਰ ਇਹ ਸੈਕਸ਼ਨ ਵੇਟਿੰਗ ਰੂਮ ਇੱਥੇ ਵੀ ਜਗ੍ਹਾ ਨਹੀਂ ਆ ਇੰਨੀ ਸਾਨੂੰ ਜਗ੍ਹਾ ਚਾਹੀਦੀ ਜਿੱਥੇ ਅਸੀਂ ਆਪਣਾ ਪਲੌਗ ਇਨ ਕਰ ਲਈਏ ਲੈਪਟੋਪ ਜੀ ਤੁਹਾਡਾ ਭਾਈ ਇੱਕ ਕੋਨਾ ਲੱਭ ਰਿਹਾ ਬਹਿਣ ਲਈ ਪਿੱਛੇ ਏਅਰਪੋਰਟ ਦਾ ਰਨਵੇ ਟਰਮੀਨਲ 3 ਔਰ ਬਸ ਫਲਾਈਟ ਦਾ ਇੰਤਜ਼ਾਰ ਹੋ ਰਿਹਾ ਤੁਹਾਡੇ ਨਾਲ ਬੋਰਡਿੰਗ ਮੁਲਾਕਾਤ ਹੁੰਦੀ ਹੈ ਇਹ ਬੜਾ ਜਹਾਜ਼ ਆਇਆ ਸਾਡੇ ਵਾਸਤੇ ਇਹਦੇ 'ਚ ਲੋਕ ਨਿਕਲਣਗੇ ਫਿਰ ਸਾਡੀ ਵਾਰੀ ਆਏਗੀ ਬੋਰਡਿੰਗ ਸ਼ੁਰੂ ਮਤਲਬ ਬੋਰਡਿੰਗ ਕੀ ਜਹਾਜ਼ ਬਹਿਣਾ ਇਹ ਰਿਹਾ ਜਹਾਜ਼ ਇਹ ਰਿਹਾ ਤੁਹਾਡਾ ਭਾਈ ਸੀ ਯੂ ਇਨ ਡਬਲਿਨ Thank you very much, Manchester and Leeds. Control your seats, please tell your belongings in the old compartment provided. Thank you. In case you need any help, don't just say to stop. Ready, Dublin, yeah. Belt number 5, Dublin bag, yeah. ਇਹ ਨੰਬਰ 5 ਬੈਲਟ ਬੈਗ ਆਉਣਗੇ ਉਸ ਸਾਈਡ ਤੋਂ ਔਰ ਆਲਰੇਡੀ ਹਲੋ ਆਉਣਗੇ ਕੀ ਆ ਗਿਆ ਵੈਲਕਮ ਟੂ ਡਬਲਿਨ ਐਵਰੀਬਡੀ ਰਾਤ ਬਹੁਤ ਹੋ ਗਈ ਹੈ ਘਰ ਚੱਲਨੇ ਆ ਕਸਟਮ ਦੇ ਥਰੂ ਕਸਟਮ ਤੋਂ ਬੜਾ ਵੱਡਾ ਕਿਉਂ ਲੱਗਿਆ ਉਹਦੇ ਕੋਲ ਮੈਂ ਜ਼ੂਮ ਕਰਕੇ ਦਿਖਾਉਂਦਾ ਪਤਾ ਨਹੀਂ ਅਲਾਊਡ ਹੈ ਕਿ ਉੱਥੇ ਕੈਮਰਾ ਕਿ ਨਹੀਂ ਬੰਦ ਕਰ ਦਿੰਦੇ ਹਾਂ ਆਪਣੀ ਬੱਸ ਹੈ 10 ਮਿੰਟ 'ਚ ਵੇਟ ਕਰਦੇ ਹਾਂ ਅਤੇ ਫਿਰ ਨਿਕਲਦੇ ਹਾਂ ਮੇਰੇ ਖਿਆਲ 'ਚ ਇਹਨਾਂ 'ਚ ਹੋਏ ਕੋਈ ਇੱਕ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਜ਼ਰੂਰ ਲਾਈਕ ਔਰ ਸਬਸਕ੍ਰਾਈਬ ਕਰੋ ਔਰ ਆਪਣਾ ਬਹੁਤ ਸਾਰਾ ਖਿਆਲ ਰੱਖੋ ਅੱਲਾਹ ਹਾਫਿਜ਼